ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟੱਡੀ ਕਲਾਸ ਤੇ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੋਲੀਟੀਕਲ ਸਾਇੰਸ ਜੋ ਆਪਾਂ ਪਲੱਸ 2 ਕਲਾਸ ਦੇ ਲਈ ਜਿਹੜੇ ਕਿ ਚੈਪਟਰ ਜਿਹੜੇ ਕਿ ਹਰ ਆਪਾਂ ਚੈਪਟਰ ਤੁਹਾਨੂੰ ਜਿਹੜੇ ਕਿ ਸਮਝਾ ਰਹੇ ਆਂ ਬੋਲ ਕੇ ਸਮਝਾ ਰਹੇ ਆਂ ਕਿਉਂਕਿ ਜਿਹੜੇ ਕਿ ਪੋਲੀਟੀਕਲ ਸਾਇੰਸ ਇਹ ਜਿਹੜਾ ਟਫ ਸਬਜੈਕਟ ਹੋ ਗਏ ਇਹ ਅਗਰ ਆਪਾਂ ਸੁਣ ਲੰਨੇ ਤਾਂ ਵੱਧ ਯਾਦ ਰਹਿੰਦਾ ਤੇ ਆਪਾਂ ਨੂੰ ਜਲਦੀ ਯਾਦ ਹੋ ਜਾਂਦਾ ਸੋ ਇਸੇ ਚੀਜ਼ ਨੂੰ ਲੈ ਕੇ ਆਪਾਂ ਜਿਹੜੇ ਕਿ ਚੈਪਟਰਸ ਅਪਲੋਡ ਕਰ ਰਹੇ ਆਂ ਸੋ ਕਾਫੀ ਜ਼ਿਆਦਾ ਚੈਪਟਰ ਅਪਲੋਡ ਕੀਤੇ ਹੋਏ ਨੇ ਅਗਰ ਤੁਸੀਂ ਨਹੀਂ ਦੇਖੇ ਤਾਂ ਉਹਨਾਂ ਨੂੰ ਜ਼ਰੂਰ ਵਾਚ ਕਰੋ ਤੇ ਨਾਲ ਦੀ ਨਾਲ ਉਹਨਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਹੈ ਕਿ ਕਿਹੜਾ ਕੁਐਸਚਨ ਜ਼ਿਆਦਾ ਇੰਪੋਰਟੈਂਟ ਆ 4 ਮਾਰਕਸ ਦੇ ਲਈ ਤੇ ਕਿਹੜਾ 6 ਮਾਰਕਸ ਦੇ ਲਈ ਇੰਪੋਰਟੈਂਟ ਆ ਓਕੇ ਹੁਣ ਇਸ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਇਹਦੇ ਵੈਰੀ ਸ਼ਾਰਟ ਆਬਜੈਕਟਿਵ ਟਾਈਪ ਕਰਾਂਗੇ ਕਿਉਂਕਿ ਇਸ ਚੈਪਟਰ 'ਚੋ ਕਾਫੀ ਆਬਜੈਕਟਿਵ ਕੁਐਸਚਨ ਬਣਦੇ ਨੇ ਫਿਰ ਆਬਜੈਕਟਿਵ ਕੁਐਸਚਨ ਤੁਹਾਨੂੰ 16 ਆਉਣੇ ਨੇ ਹਰ ਕੁਐਸਚਨ 2 ਮਾਰਕਸ ਦਾ ਹੋਊਗਾ ਸੋ 32 ਮਾਰਕਸ ਤੁਹਾਡੇ ਆਬਜੈਕਟਿਵ ਟਾਈਪ 'ਚੋਂ ਆਉਣਗੇ ਤੇ ਨੈਕਸਟ ਆਪਾਂ ਜਿਹੜੇ ਕਿ ਵੀਡੀਓ ਦੇ ਵਿੱਚ ਆਪਾਂ ਇਹਦੇ 4 ਮਾਰਕਸ ਵਾਲੇ ਤੇ ਲੌਂਗ ਕੁਐਸਚਨ ਕਰਾਂਗੇ ਹਾਂਜੀ ਇਸ ਦੇ ਵਿੱਚ ਜਿਹੜਾ ਆਪਣੀ ਸੰਸਦੀ ਸ਼ਾਸਨ ਪ੍ਰਣਾਲੀ ਆ ਭਾਰਤੀ ਲੋਕਤੰਤਰ ਸੰਸਦੀ ਸ਼ਾਸਨ ਪ੍ਰਣਾਲੀ ਪਹਿਲਾਂ ਤਾਂ ਜਿਹੜੇ ਕਿ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਰਕਾਰ ਦੇ ਕਿੰਨੇ ਅੰਗ ਨੇ ਪਹਿਲਾਂ ਤਾਂ ਇੱਥੇ ਹੀ ਕੁਐਸਚਨ ਮਾਰ ਜਨ ਕਿ ਸਰਕਾਰ ਦੇ ਜਿਹੜੇ ਕਿ ਤਿੰਨ ਅੰਗ ਨੇ ਵਿਧਾਨਪਾਲਿਕਾ ਵਿਧਾਨਪਾਲਿਕਾ ਕਾਰਜਪਾਲਿਕਾ ਕਾਰਜਪਾਲਿਕਾ ਸਟੂਡੈਂਟਸ ਥੋੜਾ ਲਿਖਣ ਚ ਆ ਉਹ ਹੋ ਜਾਂਦਾ ਕਾਰਜਪਾਲਿਕਾ ਵਿਧਾਨਪਾਲਿਕਾ ਕਾਰਜਪਾਲਿਕਾ ਤੇ ਨਿਆਂਪਾਲਿਕਾ ਤਿੰਨ ਹੀ ਸਰਕਾਰ ਦੇ ਜਿਹੜੇ ਕੀ ਅੰਗ ਨੇ ਤੇ ਕਾਰਜਪਾਲਿਕਾ ਤੇ ਕਾਰਜਪਾਲਿਕਾ ਹੁਣ ਆਪਾਂ ਤੁਹਾਨੂੰ ਇਹ ਦੱਸ ਦਈਏ ਕਿ ਸੰਸਦੀ ਸਰਸ਼ਨ ਪ੍ਰਣਾਲੀ ਹੁੰਦੀ ਕੀ ਹੈ ਜਦੋਂ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਇਨ੍ਹਾਂ ਦੋਨਾਂ ਦੇ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚ ਜਿਹੜੇ ਕਿ ਇਨ੍ਹਾਂ ਦੋਨਾਂ ਦੇ ਅਕੋਰਡਿੰਗ ਹੀ ਇੱਕ ਸੰਸਦੀ ਸਰਕਾਰ ਤੇ ਇੱਕ ਪ੍ਰਧਾਨਤਮਕ ਸਰਕਾਰ ਬਣਦੀ ਹੈ ਸੰਸਦੀ ਸ਼ਾਸਨ ਪ੍ਰਣਾਲੀ ਉਹ ਹੁੰਦੀ ਆ ਜਿਹਦੇ ਵਿੱਚ ਕਾਰਜਪਾਲਿਕਾ ਆਪਣੇ ਹਰ ਕਾਰਜ ਦੇ ਲਈ ਵਿਧਾਨਪਾਲਿਕਾ ਨੂੰ ਉੱਤਰਦਾ ਹੀ ਹੁੰਦੀ ਹੈ ਕਾਰਜਪਾਲਿਕਾ ਨੇ ਜਿੰਨੇ ਵੀ ਕੰਮ ਕਰਨੇ ਨੇ ਉਹਨਾਂ ਦੇ ਲਈ ਉਹ ਕਿਹਨੂੰ ਜਵਾਬਦੇਹ ਹੁੰਦੀ ਆ ਵਿਧਾਨਪਾਲਿਕਾ ਨੂੰ ਜਦੋਂ ਕਾਰਜਪਾਲਿਕਾ ਆਪਣੇ ਸਾਰੇ ਕੰਮਾਂ ਦੇ ਲਈ ਵਿਧਾਨਪਾਲਿਕਾ ਨੂੰ ਉੱਤਰਦਾਈ ਹੁੰਦੀ ਹੈ ਤੇ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚ ਨੇੜਤਾ ਦੇ ਸਬੰਧ ਹੁੰਦੇ ਨੇ ਤਾਂ ਉਸ ਜਿਹੜੀ ਐਵੇਂ ਦੀ ਸ਼ਾਸਨ ਪ੍ਰਣਾਲੀ ਨੂੰ ਐਵੇਂ ਦੇ ਮੰਤਰੀ ਮੰਡਲ ਨੂੰ ਆਪਾਂ ਕੀ ਕਹਾਂਗੇ ਸ਼ਾਸਨ ਪ੍ਰਣਾਲੀ ਸੰਸਦੀ ਸ਼ਾਸਨ ਪ੍ਰਣਾਲੀ ਜਾਂ ਉੱਤਰਦਾਈ ਸ਼ਾਸਨ ਪ੍ਰਣਾਲੀ ਬੋਲਾਂਗੇ ਸੰਸਦੀ ਸ਼ਾਸਨ ਪ੍ਰਣਾਲੀ ਜਾਂ ਉੱਤਰਦਾਈ ਸ਼ਾਸਨ ਪ੍ਰਣਾਲੀ ਦੁਆਰਾ ਫਿਰ ਤੋਂ ਰਿਪੀਟ ਕਰਦੇ ਕਿ ਸਰਕਾਰ ਦੇ ਤਿੰਨ ਅੰਗ ਨੇ ਤਿੰਨ ਅੰਗਰ ਵਿੱਚ ਜਿਹੜੇ ਦੋ ਅੰਗ ਨੇ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਜਦੋਂ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਨਿਕਟਵਰਤੀ ਵਾਲਾ ਸਬੰਧ ਹੁੰਦਾ ਮਤਲਬ ਕਿ ਨਿਗੜ ਦਾ ਸਬੰਧ ਆ ਹਰ ਕਾਰਜ ਦੇ ਲਈ ਕਾਰਜਪਾਲਿਕਾ ਵਿਧਾਨਪਾਲਿਕਾ ਨੂੰ ਉੱਤਰਦਾਈ ਹੋਵੇ ਉਹਨੂੰ ਜਵਾਬਦੇਹ ਹੋਵੇ ਤਾਂ ਉਥੇ ਸੰਸਦੀ ਸ਼ਾਸਨ ਪ੍ਰਣਾਲੀ ਹੁੰਦੀ ਹੈ ਜ ਜਿਹਨੂੰ ਆਪਾਂ ਉੱਤਰਦਾਈ ਸ਼ਾਸਨ ਪ੍ਰਣਾਲੀ ਵੀ ਕਹਿੰਦੇ ਆ ਤੇ ਇਸ ਦੇ ਆਪੋਜੀਟ ਜਦੋਂ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਵਿੱਚ ਕੋਈ ਵੀ ਨੇੜੇ ਦਾ ਸਬੰਧ ਨਹੀਂ ਹੈਗਾ ਤੇ ਇਹ ਇੱਕ ਦੂਜੇ ਤੋਂ ਅਲੱਗ ਲੱਗ ਨੇ ਤੇ ਕਾਰਜਪਾਲਿਕਾ ਕਿਸੇ ਵੀ ਕਾਰਜ ਲਈ ਵਿਧਾਨਪਾਲਿਕਾ ਨੂੰ ਉੱਤਰਦਾ ਹੀ ਨਹੀਂ ਹੁੰਦੀ ਤਾਂ ਉੱਥੇ ਕਿਹੜੀ ਸਰਕਾਰ ਹੋਊਗੀ ਉੱਥੇ ਹੋਊਗੀ ਪ੍ਰਧਾਨਤਮਕ ਸਰਕਾਰ ਕਿਹੜੀ ਸਰਕਾਰ ਹੋਊਗੀ ਪ੍ਰਧਾਨਤਮਕ ਸਰਕਾਰ ਹੁੰਦੀ ਹੈ ਆਈ ਹੋਪ ਤੁਹਾਨੂੰ ਹੁਣੇ ਕਲੀਅਰ ਹੋ ਗਿਆ ਹੋਣਾ ਕਿ ਜਿਹੜੀ ਸੰਸਦੀ ਸ਼ਾਸਤਰ ਸਰਕਾਰ ਕਿਹੜੀ ਹੁੰਦੀ ਹੈ ਤੇ ਪ੍ਰਧਾਨਤਮਕ ਸਰਕਾਰ ਕਿਹੜੀ ਹੁੰਦੀ ਹੈ ਤੇ ਜਿਹੜਾ 6 ਮਾਰਕਸ ਵਾਲਾ ਕੁਐਸਚਨ ਆ ਉਹ ਏਸੇ ਤੇ ਹੀ ਬਣਦਾ ਕਿ ਸੰਸਦੀ ਸ਼ਾਸਨ ਪ੍ਰਣਾਲੀ ਕੀ ਹੈ ਇਸ ਦੇ ਵਿਸ਼ੇਸ਼ਤਾਵਾਂ ਲਿਖੋ ਤੇ ਇੱਕ ਸੰਸਦੀ ਸ਼ਾਸਨ ਪ੍ਰਣਾਲੀ ਕੀ ਹੈ ਇਹਦੇ ਜਿਹੜੇ ਕੀ ਕੀ ਦੋਸ਼ ਨੇ ਕੀ ਕਮੀਆਂ ਨੇ ਇੱਕ ਇਹ ਕੁਐਸਚਨ ਬਣਦਾ ਹੁੰਦਾ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਕਿਹੜੇ-ਕਿਹੜੇ ਜਿਹੜੇ ਕੀ ਦੋਸ਼ ਨੇ ਕਿਹੜੇ-ਕਿਹੜੇ ਕਮੀਆਂ ਨੇ ਇਹ ਕੁਐਸਚਨ ਜਿਹੜੇ ਕੀ ਲੌਂਗੀਲੀ ਬਣਦੇ ਨੇ ਹੁਣ ਜੇ ਮੈਂ ਆਪਾਂ ਕੁਐਸਚਨ ਦੇਖੀਏ ਕਿ ਭਾਰਤ ਦੇ ਵਿੱਚ ਸੰਸਦੀ ਸਰਕਾਰ ਦੀ ਕੋਈ ਇੱਕ ਵਿਸ਼ੇਸ਼ਤਾ ਦੱਸਣੀ ਆ ਤਾਂ ਜਦੋਂ ਸੰਸਦੀ ਸਰਕਾਰ ਕਿਹੜੀ ਹੁੰਦੀ ਹੈ ਜਿਹਦੇ ਵਿੱਚ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਵਿੱਚ ਦੋਨੋਂ ਨੇੜਤਾ ਦਾ ਸਬੰਧ ਹੁੰਦੇ ਨੇ ਤਾਂ ਉਸ ਤੇ ਕਿਹੜੀ ਹੋਊਗੀ ਸੰਸਦੀ ਸਰਕਾਰ ਹੋਊਗੀ ਜਿਹੜੇ ਹਰ ਕਾਰਜ ਦੇ ਲਈ ਵਿਧਾਨਪਾਲਿਕਾ ਨੂੰ ਕਾਰਜਪਾਲਿਕਾ ਉੱਤਰਦਾਈ ਹੁੰਦੀ ਆ ਠੀਕ ਆ ਕਾਰਜਪਾਲਿਕਾ ਉੱਤਰਦਾਈ ਹੋਊਗੀ ਜਵਾਬ ਦੇਊਗੀ ਵਿਧਾਨਪਾਲਿਕਾ ਨੂੰ ਅਗਲਾ ਹੁੰਦਾ ਆਪਣਾ ਕੁਐਸਚਨ ਬੰਦੇ ਹੁੰਦੇ ਨੇ ਇਸ ਦੇ ਵਿੱਚੋਂ ਇੱਕ ਨਾ ਮਾਤਰ ਕਾਰਜਪਾਲਿਕਾ ਕੀ ਹੈ ਹੈਨਾ ਅਸਲੀ ਕਾਰਜਪਾਲਿਕਾ ਕੀ ਹੈ ਅਸਲੀ ਕਾਰਜਪਾਲਿਕਾ ਉਹ ਹੁੰਦੀ ਆ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਭਾਵ ਕਿ ਮੰਤਰੀ ਮੰਡਲ ਭਾਰਤ ਦੇ ਵਿੱਚ ਜਿਹੜੀ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ਇਸ ਦੇ ਵਿੱਚ ਨਾ માત્ર ਕਾਰਜਪਾਲਿਕਾ ਕਿਹੜੀ ਆ ਰਾਸ਼ਟਰਪਤੀ ਰਾਸ਼ਟਰਪਤੀ ਨਾ માત્ર ਕਾਰਜਪਾਲਿਕਾ ਤੇ ਅਸਲੀ ਕਾਰਜਪਾਲਿਕਾ ਹੈਗੇ ਆ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਹੀ ਜਿਹੜੀਆਂ ਜਿੰਨੀਆਂ ਪਾਵਰਸ ਨੇ ਉਹਨਾਂ ਨੂੰ ਅਸਲੀਅਤ ਦੇ ਵਿੱਚ ਯੂਜ਼ ਕਰਦੇ ਨੇ ਠੀਕ ਹੈ ਤੇ ਰਾਸ਼ਟਰਪਤੀ ਸਿਰਫ ਉਹਦੇ ਸਿਗਨੇਚਰ ਹੀ ਆਉਂਦੇ ਨੇ ਕੰਮ ਬਾਕੀ ਜਿਹੜਾ ਉਹ ਟੋਟਲੀ ਜਿਹੜੇ ਆ ਪਾਵਰਸ ਨੇ ਉਹਨਾਂ ਨੂੰ ਸਾਰਿਆਂ ਨੂੰ ਕੌਣ ਯੂਜ਼ ਕਰਦਾ ਮੰਤਰੀ ਮੰਡਲ ਤੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਇਹਨਾਂ ਦੇ ਸਾਰੇ ਹੀ ਇਸ ਦੇ ਅੰਡਰ ਹੀ ਸਾਰੇ ਵਿਭਾਗ ਹੁੰਦੇ ਨੇ ਹਰ ਇੱਕ ਵਿਭਾਗ ਦੇ ਜਿਹੜੇ ਕੀ ਮੰਤਰੀਕ ਮਤਲਬ ਕੀ ਅੰਡਰ ਕੰਮ ਕਰਦਾ ਤਾਂ ਸਾਰੀਆਂ ਪਾਵਰਸ ਜਿੰਨੇ ਵੀ ਨੇ ਪ੍ਰਸ਼ਾਸਨ ਜਿਹੜਾ ਵੀ ਕਾਰਜਾ ਉਹ ਸਾਰੇ ਕਿਹਦੇ ਦੇ ਨਾਂ ਤੇ ਚੱਲਦਾ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਦੇ ਨਾਂ ਤੇ ਚੱਲਦਾ ਆਈ ਹੋਪ ਸਮਝ ਲੱਗ ਗਿਆ ਹੋਣਾ ਹੁਣ ਆਪਣਾ ਕੁਐਸਚਨ ਸੀ ਨਾ ਮਾਤਰ ਕਾਰਜਪਾਲਿਕਾ ਕੌਣ ਆ ਤਾਂ ਨਾ ਮਾਤਰ ਕਾਰਜਪਾਲਿਕਾ ਕੌਣ ਆ ਰਾਸ਼ਟਰਪਤੀ ਰਾਸ਼ਟਰਪਤੀ ਨਾ ਮਾਤਰ ਕਾਰਜਪਾਲਿਕਾ ਹੈ ਪਾਵ ਕੀ ਨਾਮਾਤਰ ਕਾਰਜਪਾਲਿਕਾ ਹੁੰਦੀ ਆ ਜਿਸ ਨੂੰ ਸੰਵਿਧਾਨ ਦੁਆਰਾ ਤਾਂ ਸਾਰੀਆਂ ਸ਼ਕਤੀਆਂ ਸੌਂਪੀਆਂ ਗਈਆਂ ਹਨ ਪਰ ਅਸਲ ਦੀ ਵਿੱਚ ਉਹਨਾਂ ਦੇ ਵਰਤੋਂ ਨਹੀਂ ਕਰਦਾ ਅਸਲ ਦੀ ਵਿੱਚ ਉਹਨਾਂ ਦੀ ਵਰਤੋਂ ਕੌਣ ਕਰੇ ਅਸਲੀ ਕਾਰਜਪਾਲਿਕਾ ਤਾਂ ਉੱਥੇ ਕਿਹੜੀ ਹੋਊਗੀ ਨਾਮਾਤਰ ਕਾਰਜਪਾਲਿਕਾ ਹੁਣ ਜਿਵੇਂ ਮੈਂ ਤੁਹਾਨੂੰ ਇਹੀ ਦੱਸਿਆ ਕਿ ਆਪਣੇ ਭਾਰਤੀ ਸੰਵਿਧਾਨ ਦੇ ਅਕੋਰਡਿੰਗ ਸਾਰੀਆਂ ਪਾਵਰਸ ਕਿਹਦੇ ਕੋਲ ਨੇ ਰਾਸ਼ਟਰਪਤੀ ਕੋਲ ਬਟ ਰਾਸ਼ਟਰਪਤੀ ਦੇ ਸਿਗਨੇਚਰ ਹੀ ਕੰਮ ਕਰਦੇ ਨੇ ਬਾਕੀ ਜਿਹੜੇ ਕਿ ਟੋਟਲੀ ਵਰਕ ਕਿਹਦੇ ਰਾਹੀਂ ਚੱਲਦਾ ਮੰਤਰੀ ਮੰਡਲ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਦੇ ਰਾਹੀਂ ਚੱਲਦਾ ਸਾਰੀਆਂ ਸ਼ਕਤੀਆਂ ਤਾਂ ਬੇਸ਼ੱਕ ਉਹਨੂੰ ਸੌਂਪਦੀਆਂ ਪਰ ਅਸਲ ਦੇ ਵਿੱਚ ਉਹ ਵਰਤੋਂ ਨਹੀਂ ਉਹਨਾਂ ਨੇ ਕਰਦਾ ਵਰਤੋਂ ਕੌਣ ਕਰਦਾ ਪ੍ਰਧਾਨ ਮੰਤਰੀ ਕਰਦਾ ਤੋ ਹੋਊਗੇ ਜਿਹੜੇ ਕਿ ਆਪਣਾ ਨਾ ਮਾਤਰ ਕਾਰਜਪਾਲਿਕਾ ਇਹ ਟਾਪਿਕ ਹੈ ਜਿਹੜਾ ਕਿ ਬਹੁਤ ਲੈਂਥੀ ਹੁੰਦਾ ਇਹਨੂੰ ਜਿੰਨੀਆਂ ਮਰਜ਼ੀ ਆਪਾਂ ਐਗਜ਼ਾਮਪਲ ਦੇ ਕੇ ਸਮਝਾਈ ਜਾਈਏ ਕਿਉਂਕਿ ਕਾਫੀ ਜ਼ਿਆਦਾ ਐਗਜ਼ਾਮਪਲਸ ਹੁੰਦੀਆਂ ਨੇ ਅਗਰ ਤੁਸੀਂ ਤੁਹਾਨੂੰ ਨਾ ਵੀ ਕਲੀਅਰ ਹੋਏ ਫਿਰ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਤਾਂ ਆਪਾਂ ਜ਼ਰੂਰ ਇਹਨਾਂ ਨੂੰ ਇਸ ਨੂੰ ਮੈਂ ਡੀਪਲੀ ਜਿਹੜੇ ਕਿ ਇਹਨੂੰ ਸਮਝਾਉਂਗੇ ਇਸ ਟਾਪਿਕ ਨੂੰ ਹਾਂਜੀ ਮਤਲਬ ਕਿ ਹੁਣ ਨਾ ਮਾਤਰ ਕਾਰਜਪਾਲਿਕਾ ਕੌਣ ਆ ਪਰਦਾ ਰਾਸ਼ਟਰਪਤੀਆ ਨਾ ਮਾਤਰ ਕਾਰਜਪਾਲਿਕਾ ਕੌਣ ਆ ਰਾਸ਼ਟਰਪਤੀਆ ਰਾਸ਼ਟਰਪਤੀ ਸਿਰਫ ਨੋਮੀਨਲ ਨੋਮੀਨਲ ਆ ਤਾਂ ਸਾਰੀਆਂ ਪਾਵਰਜ਼ ਬੇਸ਼ੱਕ ਉਹਦੇ ਉਹਦੇ ਨਾਂ ਤੇ ਉਹਦੇ ਨਾਂ ਤੇ ਨੇ ਬਟ ਉਹ ਆਪਦੀ ਕੋਈ ਵੀ ਪਾਵਰ ਆਪ ਇਸਤੇਮਾਲ ਨਹੀਂ ਕਰਦਾ ਕਿਸ ਦੀ ਸਲਾਹ ਤੋਂ ਬਿਨਾ ਮੰਤਰੀ ਮੰਡਲ ਦੀ ਸਲਾਹ ਤੋਂ ਬਿਨਾ ਤੇ ਪ੍ਰਧਾਨ ਮੰਤਰੀ ਦੀ ਸਲਾਹ ਤੋਂ ਬਿਨਾ ਕੋਈ ਕਾਰਜ ਨਹੀਂ ਕਰਦਾ ਜਿਸ ਕਰਕੇ ਸਿਰਫ ਉਹਦੇ ਸਿਗਨੇਚਰ ਹੀ ਹੁੰਦੇ ਨੇ ਬਸ ਅਸਲ ਸ਼ਕਤੀਆਂ ਦੀ ਵਰਤੋਂ ਕੌਣ ਕਰਦਾ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਤੇ ਇਹਨੇ ਜੋ ਵੀ ਕਾਰਜ ਕਰਨੇ ਨੇ ਉਹਨਾਂ ਦੀ ਸਲਾਹ ਤੇ ਕਰੂਗਾ ਜਿਸ ਕਰਕੇ ਇਹ ਕੀ ਆ ਨਾ ਮਾਤਰ ਕਾਰਜਪਾਲਿਕਾ ਤੇ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਕਾਰਜਪਾਲਿਕਾ ਕਿਸ ਨੂੰ ਮੰਨਿਆ ਜਾਂਦਾ ਤਾਂ ਮੰਤਰੀ ਮੰਡਲ ਕਾਰਜਪਾਲਿਕਾ ਕਿਸ ਨੂੰ ਮੰਨਿਆ ਜਾਂਦਾ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਰਾਜਨੀਤਿਕ ਕਾਰਜਪਾਲਿਕਾ ਹੁੰਦੀ ਆ ਜਿਹੜੀ ਕਾਰਜਪਾਲਿਕਾ ਹੁੰਦੀ ਆ ਉਹ ਰਾਜਨੀਤਿਕ ਕਾਰਜਪਾਲਿਕਾ ਹੁੰਦੀ ਆ ਹੁਣ ਅੱਗੇ ਆ ਸਥਾਈ ਕਾਰਜਪਾਲਿਕਾ ਸਥਾਈ ਕਾਰਜਪਾਲਿਕਾ ਕਿਹੜੀ ਹੁੰਦੀ ਆ ਸਥਾਈ ਕਾਰਜਪਾਲਿਕਾ ਨੂੰ ਆਪਾਂ ਨੌਕਰਸ਼ਾਹੀ ਜਿਹੜੀ ਨੌਕਰਸ਼ਾਹੀ ਆ ਨੌਕਰਸ਼ਾਹੀ ਨੂੰ ਹੀ ਅਸੈਨਿਕ ਸਵਾਮਾਂ ਬੋਲਿਆ ਜਾਂਦਾ ਨੌਕਰਸ਼ਾਹੀ ਦੇ ਨਾਂ ਹੁੰਦੇ ਨੇ ਸਥਾਈ ਕਾਰਜਪਾਲਿਕਾ ਅਸੈਨਿਕ ਸਵਾਮਾਂ ਉਹਨਾਂ ਨੂੰ ਆਪਾਂ ਸਥਾਈ ਕਾਰਜਪਾਲਿਕਾ ਕਹਿੰਦੇ ਆ ਭਾਵ ਕਿ ਇਹਨਾਂ ਦੀ ਇੱਕ ਨੌਕਰਸ਼ਾਹੀ ਦੇ ਵਿੱਚ ਸਾਰੇ ਆ ਜਾਂਦੇ ਨੇ ਗਵਰਨਮੈਂਟ ਦੇ ਜਿਹੜੇ EMPLOYE ਹੁੰਦੇ ਨੇ ਗਵਰਨਮੈਂਟ ਦੇ ਜਿੰਨੇ ਵੀ EMPLOYE ਨੇ ਜਿਹੜੇ ਵੀ ਮੈਕਮੇ ਵਿੱਚ ਨੇ ਉਹ ਸਾਰੇ ਕਿਹੜੇ ਆ ਜੂਗਾ ਜਿਹੜੇ ਕਿ ਸਥਾਈ ਕਾਰਜਪਾਲਿਕਾ ਜੂਗਾ ਮਤਲਬ ਕਿ ਇਹਨਾਂ ਦਾ ਇੱਕ ਟਾਈਮ ਪੀਰੀਅਡ ਫਿਕਸ ਟਾਈਮ ਪੀਰੀਅਡ ਨਹੀਂ ਹੁੰਦੀ ਏਜ ਲਿਮਿਟ ਹੁੰਦੀ ਹੈ ਵੀ ਐਨੀ ਏਜ ਤੱਕ ਤੁਸੀਂ ਉਸ ਤੋਂ ਬਾਅਦ ਜਿਹੜੇ ਕਿ ਰਿਟਾਇਰ ਹੋਣਾ ਤੇ ਜਿਹੜੇ ਹੁਣ ਜਿਹੜੇ ਆਪਾਂ ਆਪਣੀ ਦੂਜੀ ਕਾਰਜਪਾਲਿਕਾ ਹੋ ਗਈ ਅਸਥਾਈ ਕਾਰਜਪਾਲਿਕਾ ਅਸਥਾਈ ਕਾਰਜਪਾਲਿਕਾ ਹੁੰਦੀਆਂ ਨੇ ਆਪਣੇ ਜਿਹੜੇ ਆਪਾਂ ਆਪਣੇ ਇਲੈਕਸ਼ਨਸ ਦੇ ਵਿੱਚ ਆਪਾਂ ਚੁਣ ਕੇ ਲੈ ਕੇ ਆਉਣਾ ਸਰਕਾਰ 5-5 ਸਾਲਾਂ ਦੇ ਲਈ ਹਨਾ ਉਸ ਤੋਂ ਪਹਿਲਾਂ ਵੀ ਉਹ ਭੰਗ ਹੋ ਜਾਂਦੀ ਆ ਉਹ ਕਿਹੜੀ ਹੋਊਗੀ ਅਸਥਾਈ ਕਾਰਜਪਾਲਿਕਾ ਤੇ ਸਥਾਈ ਕਾਰਜਪਾਲਿਕਾ ਹੋਊਗੀ ਅਸੈਨਿਕ ਸਵਾਵਾ ਮਤਲਬ ਕੀ ਨੌਕਰ ਸ਼ਾਹੀ ਜਿਨ੍ਹਾਂ ਨੂੰ ਇੱਕ ਜਦੋਂ ਕੋਈ ਵੀ ਟੀਚਰ ਅਪਾਇੰਟ ਹੁੰਦਾ ਜੋ ਕੋਈ ਵੀ ਪੁਲਿਸ ਵਿਭਾਗ ਵਿੱਚ ਅਪਾਇੰਟ ਹੁੰਦਾ ਤਾਂ ਉਹਨਾਂ ਨੂੰ ਰਿਟਾਇਰ ਦੇ ਲਈ ਇੱਕ ਫਿਕਸ ਏਜ ਲਿਮਟ ਹੁੰਦੀ ਆ ਉਹ ਏਜ ਤੇ ਹੀ ਜਾ ਕੇ ਜਿਹੜੇ ਕਿ ਉਹ ਰਿਟਾਇਰ ਹੁੰਦੇ ਨੇ ਤਾਂ ਸਰਕਾਰ ਚੇਂਜ ਹੋਵੇ ਚਾਹੇ ਨਾ ਹੋਵੇ ਹਨਾ ਚਾਹੇ ਉਦੋਂ ਪਹਿਲਾਂ ਪੰਗ ਹੋ ਜੇ ਉਹਨਾਂ ਤੇ ਕੋਈ ਫੈਕਟਰ ਨਹੀਂ ਹੁੰਦਾ ਹੈਗਾ ਅਗਲਾ ਹੈ ਰਾਜਨੀਤਿਕ ਇਕਰੂਪਤਾ ਤੋਂ ਕੀ ਭਾਵ ਹੈ ਰਾਜਨੀਤਿਕ ਇਕਰੂਪਤਾ ਹੁੰਦੀ ਹੈ ਕਿ ਮੰਤਰੀ ਮੰਡਲ ਦੇ ਵਿੱਚ ਇੱਕ ਹੀ ਦਲ ਦੇ ਸਾਰੇ ਮੈਂਬਰ ਲੈ ਜਾਂਦੇ ਨੇ ਹੁਣ ਜਦੋਂ ਮੰਤਰੀ ਮੰਡਲ ਚੁਣੀ ਜਾਂਦੇ ਆ ਹੁਣ ਆਪਾਂ ਸਪੋਜ਼ ਕੋਈ ਵੀ ਆਪਾਂ ਪਾਰਟੀ ਜਿੱਤਦੀ ਆ ਹਨਾ ਉਹਦੇ ਵਿੱਚ ਜਿਹੜੀ ਪਾਰਟੀ ਨੂੰ ਵੱਧ VOTING ਹੁੰਦੀ ਆ ਪਾਰਟੀ ਮੈਜੋਰਟੀ ਦੇ ਵਿੱਚ ਹੁੰਦੀ ਆ ਉਸੇ ਦੀ ਹੀ ਸਰਕਾਰ ਬਣਦੀ ਆ ਤਾਂ ਮੰਤਰੀ ਮੰਡਲ ਦੇ ਵਿੱਚ ਵੀ ਉਹ ਇੱਕੇ ਦਲ ਦੇ ਮੈਂਬਰ ਹੁੰਦੇ ਨੇ ਤਾਂ ਇੱਕੇ ਦਲ ਦੇ ਮੈਂਬਰ ਹੋਣ ਕਰਕੇ ਉਹਨਾਂ ਦੇ ਵਿੱਚ ਕੀ ਪਾਈ ਜਾਂਦੀ ਆ ਰਾਜਨੀਤਿਕ ਇਕਰੂਪਤਾ ਪਾਈ ਜਾਂਦੀ ਆ ਅਗਲਾ ਹੈ ਭਾਰਤੀ ਲੋਕਤੰਤਰ ਤੇ ਗਰੀਬੀ ਕਿਵੇਂ ਅਸਰ ਪਾਉਂਦੀ ਹੈ ਹੁਣ ਭਾਰਤੀ ਲੋਕਤੰਤਰ ਤੇ ਗਰੀਬੀ ਅਨਪੜਤਾ ਬੇਰੁਜ਼ਗਾਰੀ ਹਨਾ ਵੱਧਦੀ ਜਨਸੰਖਿਆ ਇਹ ਸਾਰੇ ਜਿਹੜੇ ਕਿ ਅਸਰ ਪਾਉਂਦੇ ਨੇ ਹੁਣ ਗਰੀਬ ਨਾਗਰਿਕ ਲਈ ਚੋਣ ਲੜਨੀ ਤਾਂ ਦੂਰ ਦੀ ਗੱਲ ਹੈ ਤਾਂ ਉਹ ਜਿਹੜੇ ਕਿ ਇਸ ਲਈ ਵੀ ਸੋਚ ਨਹੀਂ ਵੀ ਨੀ ਸਕਦਾ ਹੈਗਾ ਤਾਂ ਗਰੀਬ ਨਾਗਰਿਕਾ ਜਿਹੜੇ ਕਿ ਕਈ ਵਾਰ ਆਪਣੀ ਮਜਬੂਰੀ ਦੇ ਵਿੱਚ ਆ ਕੇ ਜਿਹੜੇ ਕਿ ਵੋਟ ਵੀ ਵੇਚ ਦਿੰਦਾ ਤਾਂ ਇਹ ਕਰਕੇ ਜਿਹੜੇ ਕਿ ਭਾਰਤੀ ਲੋਕਤੰਤਰ ਤੇ ਅਸਰ ਪਾਉਂਦਾ ਤੇ ਉਹ ਆਪਣੀ ਵੋਟ ਲਈ ਵੀ ਜਿਹੜੇ ਕਿ ਆਜ਼ਾਦ ਨਹੀਂ ਹੁੰਦਾ ਆਜ਼ਾਦ ਅਗਲਾ ਅੱਗੇ ਆਪਣਾ ਕੁਐਸਚਨ ਹੈ ਸਮਾਜਿਕ ਅਸਮਾਨਤਾ ਭਾਰਤੀ ਲੋਕਤੰਤਰ ਲਈ ਕਿਸ ਪ੍ਰਕਾਰ ਦੀ ਸਮੱਸਿਆ ਤਾਂ ਸਮਾਜਿਕ ਤੌਰ ਤੇ ਜਿਹੜੇ ਅ ਸਮਾਜਿਕ ਅਸਮਾਨਤਾ ਭਾਵ ਕੀ ਊਚ ਨੀਚ ਵਾਲਾ ਠੀਕ ਹੈ ਇਹ ਜਾਤੀ ਨੂੰ ਲੈ ਕੇ ਇਹ ਸਾਰੇ ਜਿਹੜੇ ਕਿ ਕੋਈ ਅਮੀਰ ਕੋਈ ਗਰੀਬ ਇਹ ਸਾਰੀਆਂ ਸਮਾਜਿਕ ਅਸਮਾਨਤਾ ਆ ਗਈਆਂ ਹਨਾ ਰੰਗ ਭੇਦਭਾਵ ਦੇ ਇਹ ਸਾਰੇ ਸਮਾਜਿਕ ਅਸਮਾਨਤਾਵਾਂ ਆ ਗਈਆਂ ਇਹ ਜਿਹੜਾ ਗ੍ਰਸਤ ਹੁੰਦਾ ਇਹਨਾਂ ਨਾਲ ਜਿਹੜਾ ਕਿ ਵਿਅਕਤੀ ਪ੍ਰਭਾਵਿਤ ਹੋਇਆ ਹੋਆ ਹੁੰਦਾ ਉਹ ਪੂਰੇ ਤੌਰ ਤੇ ਰਾਜਨੀਤੀ ਦੇ ਵਿੱਚ ਆਪਣੀ ਫੁੱਲ ਐਕਟੀਵਿਟੀ ਮਤਲਬ ਕਿ ਨਹੀਂ ਦਿਖਾ ਸਕਦਾ ਫੁੱਲ ਕਿਰਿਆਸ਼ੀਲਤਾ ਆਪਣੀ ਨਹੀਂ ਉਹ ਸ਼ੋਅ ਕਰ ਸਕਦਾ ਹੁੰਦਾ ਅੱਗੇ ਹੈ ਭਾਰਤ ਵਿੱਚ ਅਨਪੜਤਾ ਨੇ ਲੋਕਤੰਤਰ ਨੂੰ ਹਨ ਅਨਪੜਤਾ ਵੀ ਇਹ ਸਭ ਤੋਂ ਜ਼ਿਆਦਾ ਇਫੈਕਟ ਕਰਦੀ ਹੈ ਕਿਉਂਕਿ ਜਿਹੜਾ ਪੜਿਆ ਲਿਖਿਆ ਹੁੰਦਾ ਉਹ ਆਪਣੀ ਥੋੜੀ ਸਮਝ ਦੇ ਅਕੋਰਡਿੰਗ ਆਪਣੀ ਵੋਟ ਦੀ ਵਰਤੋਂ ਕਰਦਾ ਬਟ ਜਿਹੜਾ ਅਨਪੜ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਇੰਨੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਸਿਰਫ ਉਹ ਕਿਸੇ ਚੀਜ਼ ਨੂੰ ਪੜ੍ਹ ਕੇ ਨਹੀਂ ਸਮਝਣਗੇ ਉਹ ਸਿਰਫ ਓਨਲੀ ਟੀਵੀ ਰੇਡੀਓ ਜਾਂ ਕਿਸੇ ਦੇ ਭਾਸ਼ਣ ਦੇ ਰਾਹੀਂ ਜਿਹੜੇ ਕਿ ਪ੍ਰਭਾਵਿਤ ਹੋ ਕੇ ਆਪਣੀ ਵੋਟ ਕਰ ਦਿੰਦੇ ਨੇ ਤਾਂ ਇਹ ਜਿਹੜੇ ਕਿ ਉਹ ਆਪਣੀ ਵੋਟ ਦਾ ਉਚਿਤ ਪ੍ਰਯੋਗ ਕਰਨ ਦੇ ਵਿੱਚ ਕਈ ਵਾਰ ਅਸਫਲ ਹੋ ਜਾਂਦੇ ਨੇ ਤੇ ਇਹ ਚੀਜ਼ ਹੋ ਗਈ ਬਾਕੀ ਹੋਰ ਵੀ ਬਹੁਤ ਐਗਜ਼ਾਮਪਲਸ ਬਣਦੀਆਂ ਨੇ ਭਾਰਤੀ ਚਣ ਪੜਤਤਾ ਦਾ ਮੁੱਖ ਕਾਰਨ ਕੀ ਹੈ ਵਧਦੀ ਹੋਈ ਜਨਸਖਿਆ ਜਨਸੰਖਿਆ ਤੇ ਗਰੀਬੀ ਅਗਲਾ ਹੈ ਭਾਰਤ ਵਿੱਚ ਜਨਸੰਖਿਆ ਦੇ ਵਾਧੇ ਨੂੰ ਰੋਕਣ ਦਾ ਇੱਕ ਪਾਇਆ ਕਿ ਇਸ ਧਰਿਆਂ ਨੂੰ ਸਿੱਖਿਆਤਮ ਹੋਣ ਕਰਨਾ ਅਗਲਾ ਹੈ ਭਾਰਤ ਵਿੱਚ ਬੇਰੁਜ਼ਗਾਰੀ ਨੇ ਲੋਕਤੰਤਰ ਨੂੰ ਕਿਵੇਂ ਪ੍ਰਭਾਵ ਹਾਂਜੀ ਬੇਰੁਜ਼ਗਾਰੀ ਨੇ ਵੀ ਇਹ ਸਾਰੇ ਕਿ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ-ਕਿਹੜੇ ਤੱਤ ਨੇ ਉਹਨਾਂ ਦੇ ਵਿੱਚ ਆ ਜਾਣਗੇ ਇਹ ਹੁਣ ਬੇਰੁਜ਼ਗਾਰ ਵੀ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਦਾ ਕਿਉਂਕਿ ਜਿਹੜਾ ਬੇਰੁਜ਼ਗਾਰ ਵਿਅਕਤੀ ਹੁੰਦਾ ਉਹ ਆਪਣੇ ਅਧਿਕਾਰਾਂ ਤੇ ਕਰਤੱਵਾਂ ਦੀ ਪਾਲਣਾ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਉਹਨੂੰ ਤੇ ਉਹ ਆਪਣੀ ਵੋਟ ਨੂੰ ਵੀ ਜਿਹੜੇ ਕਿ ਕਈ ਵਾਰ ਵੇਚ ਦਿੰਦਾ ਮੀਨਸ ਹੁਣ ਬੇਰੁਜ਼ਗਾਰ ਕੋਲ ਅਗਲਾ ਕੋਈ ਰੁਜ਼ਗਾਰ ਨਹੀਂ ਹੈ ਦੈਨ ਉਹ ਕੁਝ ਵੀ ਆਪਣੇ ਆਮਦਨ ਕਮਾਉਣ ਦੇ ਲਈ ਆਪਣੀ ਜਿਹੜੀ ਕਿ ਵੋਟ ਦੀ ਕਈ ਵਾਰ ਗਲਤ ਵਰਤੋਂ ਕਰ ਦਿੰਦਾ ਭਾਰਤ ਦੇ ਵਿੱਚ ਲੋਕਤੰਤਰ ਦਾ ਭਵਿੱਖ ਕੀ ਹੈ ਤਾਂ ਲੋਕਤੰਤਰ ਦਾ ਭਵਿੱਖ ਹੈ ਉਫਜਲ ਉਜਵਲ ਉਜਵਲ ਠੀਕ ਹੈ ਉਜਵਲ ਭਾਰਤੀ ਲੋਕਤੰਤਰ ਨੂੰ ਜਾਤੀਵਾਦ ਕਿਵੇਂ ਪ੍ਰਭਾਵਿਤ ਕਰਦਾ ਹੁਣ ਜਾਤੀ ਦੇ ਨਾਂ ਤੇ ਵੀ ਲੋਕਾਂ ਕੋਲ ਜਿਹੜੇ ਕਿ ਵੋਟਾਂ ਮੰਗੀਆਂ ਨੇ ਤੇ ਹਰ ਕੋਈ ਜਿਵੇਂ ਕੋਈ ਵੀ ਇੱਕ ਵੋਟਾਂ ਦੇ ਵਿੱਚ ਕੋਈ ਕਿਸੇ ਜਾਤ ਦਾ ਖੜਦਾ ਹੈ ਹਨਾ ਕਿਸੇ ਵੀ ਜਾਤ ਦੇ ਬਲਾਣਾ ਬਿਲੋਂਗ ਕਰਦਾ ਤਾਂ ਜਿਹੜੀ ਬਾਕੀ ਕਮਿਊਨਿਟੀ ਹੁੰਦੀ ਹੈ ਉਹ ਉਹਨੂੰ ਹੀ ਜ਼ਿਆਦਾ ਵੋਟ ਦੇਣ ਦੇ ਲਈ ਜਿਹੜੀ ਕਿ ਪ੍ਰੈਫਰੈਂਸ ਕਰਦੀ ਆ ਤਾਂ ਇਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ ਅਗੇ ਭਾਰਤ ਦੁਆਰਾ ਸੰਸਦੀ ਸ਼ਾਸਨ ਪ੍ਰਣਾਲੀ ਦੀ ਚੋਣ ਕਰਨ ਦਾ ਇੱਕ ਕਾਰਨ ਲਿਖੋ ਵੀ ਭਾਰਤ ਦੇ ਵਿੱਚ ਕਿਉਂ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਆ ਭਾਰਤ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਪਹਿਲਾਂ ਤੋਂ ਹੀ ਪ੍ਰਚਲਿਤ ਸੀ ਜਿਸ ਕਰਕੇ ਰਾਜਨੀਤਿਕ ਨੇ ਜਿਹੜੇ ਇਹਨਾਂ ਨੇ ਇਹਨਾਂ ਨੂੰ ਸਮਰਥਨ ਕੀਤਾ ਦੋਸ਼ ਕੀ ਆ ਇਹਦੇ ਵਿੱਚ ਜਿਹੜੇ ਕਿ ਚੰਗੀ ਸੰਸਦੀ ਪਰੰਪਰਾਵਾਂ ਦੀ ਘਾਟ ਹੈ ਇਦੇ ਵਿੱਚ ਵਿਰੋਧੀ ਦਲ ਦਾ ਜਿਹੜੇ ਕਿ ਬਹੁ ਦਲੀ ਸਰੂਪ ਹੋਣਾ ਇਹ ਵੀ ਇੱਕ ਤੇ ਰਾਜਨੀਤਿਕ ਦਲ ਵਿੱਚ ਆਪਣੀ ਜ਼ਿੰਮੇਵਾਰੀਆਂ ਦਾ ਪੂਰਨ ਅਹਿਸਾਸ ਨਾ ਹੋਣਾ ਇਹ ਵੀ ਇੱਕ ਕਮੀ ਹੈ ਤੇ ਜਿਆਦਾ ਰਾਜਨੀਤਿਕ ਦਲ ਹੋਣਾ ਇਹ ਵੀ ਇੱਕ ਕਮੀ ਹੈ ਲਟਕਦੀ ਸੰਸਦ ਇਹ ਵੀ ਇੱਕ ਕਮੀ ਹੈ ਠੀਕ ਹੈ ਤੇ ਗਠਵੰਦਰਾਂ ਦੀ ਰਾਜਨੀਤੀ ਇਹ ਵੀ ਇੱਕ ਕਮੀ ਪਾਈ ਜਾਂਦੀ ਹੈ ਚੋਣਾਂ ਦੇ ਵਿੱਚ ਸਾਰਿਆਂ ਦੀ ਜਿਹੜੇ ਕਿ ਉਤਸ਼ਾਹਿਤ ਨਹੀਂ ਹੁੰਦੇ ਇਹ ਵੀ ਇੱਕ ਕਮੀ ਹੁੰਦੀ ਹੈ ਤੇ ਸਰਕਾਰਾਂ ਜਿਹੜੇ ਮਿਲੀਅਨ ਜੁਲੀ ਬਣ ਜਾਂਦੇ ਨੇ ਉਹਨਾਂ ਦਾ ਜਿਹੜਾ ਤਜਰਬਾ ਉਹ ਅਸਫਲ ਹੁੰਦਾ ਇਹ ਸਾਰੇ ਜਿਹੜੇ ਕਿ ਕਾਰਨ ਨੇ ਭਾਰਤ ਵਿੱਚ ਅਸਲੀ ਕਾਰਜਪਾਲਿਕਾ ਕੌਣਾ ਤਾਂ ਇਹ ਤਾਂ ਅਸਲੀ ਕਾਰਜਪਾਲਿਕਾ ਨਾ ਕਾਰਜਪਾਲਿਕਾ ਪ੍ਰਧਾਨਤਮਕ ਸਰਕਾਰ ਤੇ ਸੰਸਦੀ ਸਰਕਾਰ ਹੈ ਤਾਂ ਮਤਲਬ ਕਿ ਬਹੁਤ ਆਪਾਂ ਕਹਿ ਸਕਦੇ ਇੰਪੋਰਟੈਂਟ ਕੁਐਸਚਨ ਨਹੀਂ ਤਾਂ ਅਸਲੀ ਕਾਰਜਪਾਲਿਕਾ ਹੈਗਾ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਪ੍ਰਿਸ਼ਟਾਚਾਰ ਪ੍ਰਿਸ਼ਟਾਚਾਰ ਵੀ ਲੋਕਤੰਤਰ ਨੂੰ ਪ੍ਰਭਾਵਿਤ ਕਰਦਾ ਜਿਸ ਦੇ ਨਾਲ ਰਾਜਨੀਤਿਕ ਅਸਥਿਰਤਾ ਵੱਧਦੀ ਹੈ ਹੁਣ ਤੱਕ ਕਿੰਨੀਆਂ ਚੋਣਾਂ ਹੋ ਚੁੱਕੀਆਂ ਨੇ ਹੁਣ ਤੱਕ 17 ਲੋਕ ਸਭਾ ਦੇ ਚੋਣਾਂ ਹੋ ਚੁੱਕੀਆਂ ਨੇ 17 ਲੋਕ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਨੇ ਤੇ ਜਿਹੜੇ ਆਹ 17ਵੀਂ ਲੋਕ ਸਭਾ ਚੋਣਾਂ ਦੀ 2019 ਦੇ ਵਿੱਚ ਹੋਈਆਂ ਸੀ ਬਾਕੀ ਜਿਹੜਾ ਕਿ ਇਹਦੇ ਨਾਲ ਤੁਹਾਡਾ ਪੋਲੀਟੀਕਲ ਸਾਇੰਸ ਦੇ ਨਾਲ ਰਿਲੇਟਡ ਜਿੰਨੇ ਵੀ ਕਰੰਟ ਦੇ ਕੁਐਸਚਨਸ ਬਣਦੇ ਨੇ ਉਹ ਮੈਂ ਇੱਕ ਵੀਡੀਓ ਅਲੱਗ ਬਣਾਉਂਗੀ ਜਿਨ੍ਹਾਂ ਦੇ ਵਿੱਚ ਸਾਰੇ ਆਪਾਂ ਕਰੰਟ ਵਾਲੇ ਜਿਹੜੇ ਕਿ ਕੁਐਸਚਨਸ ਤੁਹਾਡੇ ਅਕੋਰਡਿੰਗ ਟੂ ਟਾਪਿਕ ਬਣਦੇ ਨੇ ਉਹ ਆਪਾਂ ਕਰ ਤੇ ਪਹਿਲੀਆਂ ਲੋਕ ਸਭਾ ਚੋਣਾਂ ਜਾਂ ਪਹਿਲੀਆਂ ਜਿਹਨਾਂ ਨੂੰ ਆਮ ਕੁਐਸਚਨ ਐ ਮੈਂ ਆਉਂਦਾ ਹੁੰਦਾ ਤੁਹਾਨੂੰ ਆਮ ਲੋਕ ਸਭਾ ਦਾ ਚੋਣਾਂ ਆਮ ਜਿਹੜੇ ਕਿ ਚੋਣਵਾਂ ਕਿੰਨੇ ਹੋ ਚੁੱਕੇ ਨੇ ਦਾ ਪਹਿਲੀ ਆਮ ਚੋਣਾਂ ਕਦੋਂ ਹੋਈਆਂ ਸੀ ਤਾਂ ਪਹਿਲੀਆਂ ਆਮ ਚੋਣਾਂ ਜਿਹੜੇ ਕਿ 1951 ਤੇ 52 ਦੇ ਵਿੱਚ ਕਈ ਥਾਂ ਤੇ ਆਪਾਂ ਨੂੰ 51 ਹੀ ਮਿਲਦਾ ਕਈ ਥਾਂ ਤੇ ਆਪਾਂ ਨੂੰ 52 ਹੀ ਮਿਲਦਾ ਤੁਸੀਂ ਦੋਨੋਂ ਯਾਦ ਰੱਖਣੇ ਨੇ 51 ਤੇ 52 ਭਾਰਤੀ ਸੰਸਦ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਇਹ ਹੀ ਹੈ ਕਿ ਉਹ ਕਾਰਜਪਾਲਿਕਾ ਵਿਧਾਨਪਾਲਿਕਾ ਪ੍ਰਤੀ ਉੱਤਰਦਾਈ ਹੁੰਦੀ ਆ ਗਰੀਬੀ ਪਰ ਇਹ ਵੀ ਤੁਹਾਨੂੰ ਪਤਾ ਹੀ ਕਿ ਦੋਸ਼ ਵੀ ਆਪਾਂ ਕਰ ਲਿਆ ਹਨ ਆਰਥਿਕ ਅਸਮਾਨਤਾ ਵੀ ਕਰ ਲਈ ਕਿਉਂਕਿ ਆਰਥਿਕ ਅਸਮਾਨਤਾ ਭਰਤ ਲੋਕਤੰਤਰ ਤੇ ਪ੍ਰਭਾਵਿਤ ਕਰਦਾ ਹੈ ਕਿ ਰਾਜਨੀਤਿਕ ਸ਼ਕਤੀ ਜਿਹੜੀ ਪੂੰਜੀਪਤਨ ਦੇ ਹੱਥਾਂ ਦੇ ਵਿੱਚ ਹੀ ਕੇਂਦ੍ਰਿਤ ਹੋ ਕੇ ਰਹਿ ਜਾਂਦੀ ਹੈ ਜਾਤੀ ਹਿੰਸਾ ਦਾ ਕੀ ਅਰਥ ਹੁੰਦਾ ਹੈ ਅੰਤਰ ਜਾਤੀ ਹਿੰਸਾ ਨੂੰ ਕੀ ਕਿਹਾ ਜਾਂਦਾ ਜਾਤੀ ਹਿੰਸਾ ਕਿਹਾ ਜਾਂਦਾ ਕਾਨੂੰਨ ਦੇ ਸ਼ਾਸਨ ਤੋਂ ਕੀ ਭਾਵ ਹੈ ਭਾਵ ਕੀ ਕਾਨੂੰਨ ਦੀ ਸਰਵਉੱਚਤਾ ਹੋਣਾ ਕਾਨੂੰਨ ਦੀ ਸਰਵਉੱਚਤਾ ਸਮੂਹਿਕ ਜ਼ਿੰਮੇਵਾਰੀ ਕੀ ਹੁੰਦੀ ਆ ਸਮੂਹਿਕ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਵੀ ਜੇਕਰ ਵਿਧਾਨਪਾਲਿਕਾ ਦੇ ਵਿੱਚ ਇੱਕ ਮੰਤਰੀ ਦੇ ਵਿਰੁੱਧ ਵੀ ਕੋਈ ਨਿੰਦਾ ਪ੍ਰਸਤਾਵ ਜਾਰੀ ਹੋ ਜਾਂਦਾ ਹੈ ਤਾਂ ਜਾਂ ਅਉ ਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਂਦਾ ਤਾਂ ਸਮੁੱਚੇ ਮੰਤਰੀ ਜਿਹੜਾ ਮੰਡਲ ਆ ਸਮੁੱਚੇ ਮੰਤਰੀ ਪ੍ਰੀਸ਼ਦ ਨੂੰ ਅਸਤੀਫਾ ਦੇਣਾ ਪੈਂਦਾ ਉਹ ਹੁੰਦੀ ਹੈ ਸਮੂਹਿਕ ਜ਼ਿੰਮੇਵਾਰੀ ਭਾਵ ਕਿ ਅਗਰ ਇੱਕ ਵੀ ਮੰਤਰੀ ਦੇ ਵਿਰੁੱਧ ਨਿੰਦਾ ਪ੍ਰਸਤਾਵ ਜਾਂ ਅਵਿਸ਼ਵਾਸ ਦਾ ਪ੍ਰਸਤਾਵ ਜਾਰੀ ਹੋ ਜਾਵੇ ਤਾਂ ਸਾਰੇ ਮੰਤਰੀ ਪ੍ਰਧਾਨ ਨੂੰ ਅਸਤੀਫਾ ਦੇਣਾ ਪੈਂਦਾ ਉਹ ਹੋ ਗਈ ਸਮੂਹਿਕ ਜ਼ਿੰਮੇਵਾਰੀ ਭਾਰਤ ਵਿੱਚ ਸਰਬਉੱਚ ਸ਼ਕਤੀ ਕਿਹਦੇ ਕੋਲ ਆ ਤਾਂ ਭਾਰਤ ਦੇ ਵਿੱਚ ਸਰਬਉੱਚ ਸ਼ਕਤੀ ਜਨਤਾ ਦੇ ਕੋਲ ਆ ਜਨਤਾ ਦੇ ਕੋਲ ਮੰਨੀ ਜਾਂਦੀ ਹੈ ਕਿ ਕੋਈ ਕਿਸੇ ਵੀ ਸਰਕਾਰ ਨੂੰ ਜਿਹੜੇ ਕਿ ਇਹ ਇਲੈਕਸ਼ਨਸ ਦੇ ਰਾਹੀਂ ਅਗਰ ਕੋਈ ਪਾਵਰ ਦੇ ਵਿੱਚ ਆ ਤਾਂ ਨੈਕਸਟ ਟਾਈਮ ਉਹਨੂੰ ਪਾਵਰ ਤੋਂ ਜਿਹੜੀ ਕਿ ਹਟਾ ਵੀ ਸਕਦੀ ਹੈ ਸੋ ਸਭ ਤੋਂ ਵੱਧ ਪਾਵਰ ਕਿਹਨਾਂ ਕੋਲ ਆ ਜਨਤਾ ਦੇ ਕੋਲ ਜਨਤਾ ਦੀ ਵੋਟ ਦੇ ਕੋਲ ਜਨਤਾ ਜਿਹੜੀ ਆਪਣੀ ਵੋਟ ਦਾ ਇਸਤੇਮਾਲ ਕਰਦੀ ਆ ਅਗਲਾ ਆਪਣਾ ਕੁਐਸਚਨ ਹੈ ਕਿ ਵਿਅਕਤੀਗਤ ਜ਼ਿੰਮੇਵਾਰੀ ਤੋਂ ਕੀ ਭਾਵ ਹੈ ਤਾਂ ਵਿਅਕਤੀਗਤ ਜ਼ਿੰਮੇਵਾਰੀ ਉਹ ਹੁੰਦੀ ਹੈ ਕਿ ਭਾਵ ਕਿ ਕੋਈ ਵੀ ਜਿਹੜਾ ਮੰਤਰੀ ਉਹ ਆਪਣੇ ਜਦੋਂ ਕਿਸੇ ਵਿਭਾਗ ਦਾ ਮੰਤਰੀ ਉਹ ਆਪਣੇ ਵਿਭਾਗ ਨੂੰ ਲੈ ਕੇ ਜਿਹੜੇ ਕਿ ਮੌਜੂਦਾ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ ਪਾਵ ਕੀ ਮੌਜੂਦਾ ਸਰਕਾਰ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਜਿਵੇਂ ਸਿਹਤ ਮੰਤਰੀ ਹੋ ਗਿਆ ਸਿੱਖਿਆ ਮੰਤਰੀ ਹੋ ਗਿਆ ਜਲ ਸਪਲਾਈ ਵਿਭਾਗ ਦਾ ਮੰਤਰੀ ਹੋ ਗਿਆ ਇਹ ਜਿਹੜੇ ਵੀ ਮੰਤਰੀ ਨੇ ਅਲੱਗ-ਅਲੱਗ ਵਿਭਾਗ ਦੇ ਇਹ ਆਪਣੇ ਪੂਰੇ ਕਾਰਜ ਦੇ ਲਈ ਜਿਹੜੇ ਕਿ ਸਰਕਾਰ ਨੂੰ ਜਵਾਬਦੇ ਹੁੰਦੇ ਨੇ ਤਾਂ ਜਿਹੜੇ ਕਿ ਇਹਨਾਂ ਤੋਂ ਸੰਸਦ ਦੇ ਮੈਂਬਰ ਆਪਣੇ ਸਬੰਧਿਤ ਜਿਹੜੇ ਵਿਭਾਗ ਦੇ ਮੰਤਰੀ ਨੂੰ ਉਹਨਾਂ ਤੋਂ ਪ੍ਰਸ਼ਨ ਪੁੱਛ ਸਕਦੇ ਨੇ ਤੇ ਵਿਭਾਗ ਸੰਬੰਧੀ ਪ੍ਰਸ਼ਨ ਪੁੱਛ ਸਕਦੇ ਨੇ ਤੇ ਪੂਰਕ ਪ੍ਰਸ਼ਨ ਪੁੱਛ ਸਕਦੇ ਨੇ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਨੂੰ ਕੌਣ ਭੰਗ ਕਰਦਾ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਨੂੰ ਪ੍ਰਧਾਨ ਮੰਤਰੀ ਦੇ ਸਲਾਹ ਤੇ ਰਾਸ਼ਟਰਪਤੀ ਭੰਗ ਕਰਦਾ ਰਾਸ਼ਟਰਪਤੀ ਭੰਗ ਕਰਦਾ ਬਟ ਰਾਸ਼ਟਰਪਤੀ ਨਾ ਮਾਤਰ ਕਾਰਜਪਾਲਿਕਾ ਜਿਸ ਕਰਕੇ ਉਹ ਕਿਹਦੀ ਸਲਾਹ ਲੈਂਦਾ ਪ੍ਰਧਾਨ ਮੰਤਰੀ ਦੀ ਅੱਗੇ ਹੈ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਲੋਕ ਸਭਾ ਨੂੰ ਕੌਣ ਕਿਸ ਦੇ ਕਹਿਣ ਤੇ ਭੰਗ ਕਰਦਾ ਤਾਂ ਰਾਸ਼ਟਰਪਤੀ ਲੋਕ ਸਭਾ ਨੂੰ ਪ੍ਰਧਾਨ ਮੰਤਰੀ ਮੰਤਰੀ ਪ੍ਰੀਸ਼ਦ ਦੇ ਕਹਿਣ ਤੇ ਭੰਗ ਕਰ ਸਕਦਾ ਤੇ ਭਾਰਤ ਸਰਕਾਰ ਨੇ ਸੀਮਾਬੰਦੀ ਅਯੋਗ ਦੀ ਸਥਾਪਨਾ ਕਦੋਂ ਕੀਤੀ ਸੀ ਤਾਂ ਸੀਮਾਬੰਦੀ ਅਯੋਗ ਦੀ ਸਥਾਪਨਾ 1952 ਈਸਵੀ ਦੇ ਵਿੱਚ ਕੀਤੀ ਸੀ ਤੇ ਭਾਰਤ ਵਿੱਚ ਕਿਹੜੀ ਸੰਸਦ ਸਸ਼ਣ ਪ੍ਰਣਾਲੀ ਆ ਸੰਸਦੀ ਭਾਰਤ ਵਿੱਚ ਕਿੰਨੇ ਮਤ ਅਧਿਕਾਰ ਮਤਲਬ ਕਿ ਏਜ ਲਿਮਟ ਕਿੰਨੀ ਆ 18 ਤੇ 61ਵੀਂ ਸੋਧ ਦੁਆਰਾ ਕੀਤੀ ਗਈ ਸੀ ਇਹ ਪਹਿਲਾਂ ਕਿੰਨੀ ਸੀ ਏਜ ਲਿਮਟ 21 ਸਾਲ ਤੇ ਹੁਣ ਕਿੰਨੇ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ 17 ਤੇ ਅਗਰ ਆਪਸ਼ਨ ਦੇ ਵਿੱਚ 17 ਨਹੀਂ ਆਊਗਾ ਫਿਰ 16 ਟਿਕ ਕਰਨਾ ਤੁਸੀਂ ਕਿਉਂਕਿ 17ਵੀਂ ਚੱਲ ਰਹੀ ਹੈ 17ਵੀਂ ਚੱਲ ਰਹੀ ਹੈ ਹਾਂਜੀ ਸੰਤੰਤਰ ਭਾਰਤ ਲਈ ਸੰਵਿਧਾਨ ਸਭਾ ਦੀ ਚੋਣ ਕਿਨੇ ਕੀਤੀ ਸੁਧਾਨ ਸਭਾ ਨੇ ਚੋਣ ਕੀ ਕੀਤੀ ਸੀ ਸੰਸਦੀ ਸ਼ਾਸਨ ਪ੍ਰਣਾਲੀ ਦੀ ਸੰਸਦੀ ਸ਼ਾਸਨ ਪ੍ਰਣਾਲੀ ਦੀ ਸੰਵਿਧਾਨ ਸਭਾ ਨੇ ਚੋਣ ਕੀਤੀ ਸੀ ਭਾਰਤ ਵਿੱਚ ਅਸਲੀ ਕਾਰਜਪਾਲਿਕਾ ਕੌਣ ਹੈ ਪ੍ਰਧਾਨ ਮੰਤਰੀ ਤੇ ਉਹਦੀ ਮੰਤਰੀ ਪ੍ਰੀਸ਼ਦ ਨਾਮਾਤਰ ਨਾਮਾਤਰ ਕੌਣ ਹੈ ਰਾਸ਼ਟਰਪਤੀ ਆ ਭਾਰਤ ਵਿੱਚ ਅਸਲੀ ਕਾਰਜਪਾਲਿਕਾ ਸਮੂਹਿਕ ਰੂਪ ਦੇ ਵਿੱਚ ਅਸਲੀ ਕਾਰਜਪਾਲਿਕਾ ਸਮੂਹਿਕ ਰੂਪ ਦੇ ਵਿੱਚ ਕਿਸ ਪ੍ਰਤੀ ਉੱਤਰਦਾਈ ਹੈਗੀ ਆ ਤਹੇ ਹੈਗੀ ਆ ਲੋਕ ਸਭਾ ਨੂੰ ਸਮੂਹਿਕ ਰੂਪ ਦੇ ਵਿੱਚ ਲੋਕ ਸਭਾ ਨੂੰ ਉਤਰਦਾਈ ਹੈ ਇਹ ਅਸਲੀ ਕਾਰਜਪਾਲਿਕਾ ਸਮੂਹਿਕ ਰੂਪ ਦੇ ਵਿੱਚ ਲੋਕ ਸਭਾ ਨੂੰ ਉਤਰਦਾਈ ਹੈ ਤੇ ਭਾਰਤੀ ਸੰਵਿਧਾਨ ਨੇ ਸੰਸਦੀ ਸ਼ਾਸਨ ਪ੍ਰਣਾਲੀ ਦੀ ਚੋਣ ਕਿਵੇਂ ਕੀਤੀ ਤਾਂ ਇਹਦੇ ਵਿੱਚ ਆ ਜਾਊਗਾ ਇਹਨਾਂ ਨੂੰ ਜਿਹੜੇ ਕਿ ਕਾਫੀ ਜ਼ਿਆਦਾ ਤਜਰਬਾ ਸੀ ਜਿਸ ਕਰਕੇ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਜਿਹੜੇ ਕਿ ਅਪਣਾਇਆ ਗਿਆ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਸੰਸਦੀ ਸ਼ਾਸਨ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੋਏਗੀ ਸੰਸਦ ਦੀ ਵਿਵਸਥਾ ਨਾ માત્ર ਕਾਰਜਪਾਲਿਕਾ ਦਾ ਵਿਧਾਨਪਾਲਿਕਾ ਕਾਰਜਪਾਲਿਕਾ ਵਿੱਚ ਸੰਬੰਧ ਅਸਲੀ ਕਾਰਜਪਾਲਿਕਾ ਨਿਸ਼ਚਿਤ ਕਾਰਜਕਾਲ ਇਹ ਨਹੀਂ ਹੈ ਠੀਕ ਹੈ ਕਿਉਂਕਿ ਅਸਲੀ ਕਾਰਜਪਾਲਿਕਾ ਦਾ ਕਾਰਜਕਾਲ ਨਿਸ਼ਚਿਤ ਨਹੀਂ ਹੁੰਦਾ ਅਸਲੀ ਕਾਰਜਪਾਲਿਕਾ ਦਾ ਕਾਰਜਕਾਲ ਅਨਿਸ਼ਚਿਤ ਹੋਊਗਾ ਯਾਦ ਰੱਖਣਾ ਅਨਿਸ਼ਚਿਤ ਕਿਉਂ ਹੋਊਗਾ ਕਿਉਂਕਿ ਅਸਲੀ ਕਾਰਜਪਾਲਿਕਾ ਕਿਹੜੀ ਆ ਅਸਲੀ ਕਾਰਜਪਾਲਿਕਾ ਨਾ ਮਾਤਰ ਕਾਰਜਪਾਲਿਕਾ ਕਿਹੜੀ ਹੋਊਗੀ ਰਾਸ਼ਟਰਪਤੀਆ ਹਨਾ ਅਸਲੀ ਕਾਰਜਪਾਲਿਕਾ ਹੈਗਾ ਆਪਣਾ ਪ੍ਰਧਾਨ ਮੰਤਰੀ ਤੇ ਮੰਤਰੀ ਮੰਡਲ ਮੰਤਰੀ ਮੰਡਲ ਨੂੰ ਉਹਦੇ ਸਮੇਂ ਤੋਂ ਪਹਿਲਾਂ ਵੀ ਜਿਹੜੇ ਕਿ ਪੰਕ ਕੀਤਾ ਜਾ ਸਕਦਾ ਹੈ ਅੱਗੇ ਹੈ ਆ ਭਾਰਤ ਵਿੱਚ ਮੰਤਰੀ ਪ੍ਰੀਸ਼ਦ ਕਿਸ ਨੂੰ ਸਮੂਹਿਕ ਰੂਪ ਦੇ ਵਿੱਚ ਸਮੂਹਿਕ ਰੂਪ ਦੇ ਵਿੱਚ ਜਿਹੜੇ ਕਿ ਕਿਸ ਨੂੰ ਉੱਤਰਦਾਈ ਹੁੰਦਾ ਹੈ ਤਾਂ ਲੋਕ ਸਭਾ ਨੂੰ ਕਾਰਜਪਾਲਿਕਾ ਦੀ ਸਮੂਹਿਕ ਉੱਤਰਦਾਇਕਤਾ ਤੋਂ ਕੀ ਭਾਵ ਹੈ ਤਸਮੁਹੀਿਕ ਉੱਤਰਦਾਇਕਤਾ ਤੋਂ ਭਾਵ ਹੈ ਕਿ ਸਮੁੱਚੀ ਮੰਤਰੀ ਪ੍ਰੀਸ਼ਦ ਇੱਕ ਕਾਇਦੇ ਰੂਪ ਵਿੱਚ ਲੋਕ ਸਭਾ ਪ੍ਰਤੀ ਉੱਤਰਦਾਇ ਹੁੰਦੀ ਹੈ। ਵਿਰੋਧੀ ਦਲ ਮਾਨਤਾ ਪ੍ਰਾਪਤ ਹੁੰਦੀ ਹੈ ਦੇ ਵਿੱਚ ਕੀ ਹੋਊਗਾ ਜੇ ਜਿਸ ਵਿਰੋਧ ਦਲ ਨੂੰ ਦੂਜੇ ਵਿਰੋਧੀ ਦਲ ਦੇ ਮੁਕਾਬਲੇ ਜ਼ਿਆਦਾ ਅਤੇ ਲੋਕ ਸਭਾ ਦੇ ਕੁੱਲ ਸਥਾਨਾਂ ਦਾ 10ਵਾਂ ਭਾਗ ਹਾਸਿਲ ਹੁੰਦਾ ਉਹਨਾਂ ਨੂੰ ਆਪਾਂ ਵਿਰੋਧੀ ਦਲ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੁੰਦੀ ਹੈ। ਤੇ ਪ੍ਰਧਾਨ ਮੰਤਰੀ ਨੂੰ ਕੌਣ ਨਿਯੁਕਤ ਕਰਦਾ ਰਾਸ਼ਟਰਪਤੀ ਨਿਯੁਕਤ ਕਰਦਾ। ਮંત્રી ਨੁਕਤੀ ਵੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਤੇ ਭਾਰਤ ਸੰਸਦ ਪ੍ਰਣਾਲੀ ਵਿੱਚ ਮੰਤਰੀ ਵਿੱਚ ਵਿਭਾਗਾਂ ਦੀ ਵੰਡ ਕੌਣ ਕਰਦਾ ਹੈ ਵਿਭਾਗਾਂ ਦੀ ਵੰਡ ਕਰਦਾ ਪ੍ਰਧਾਨ ਮੰਤਰੀ